ਕਿ ਇਹ ਜਿਹੜਾ ਪਵਿੱਤਰ ਸਦਨ ਆ ਇੱਥੇ ਕੱਲ ਦਾ ਝੂਠ ਬੋਲਿਆ ਜਾ ਰਿਹਾ, ਕੁਫਰ ਤੋਲਿਆ ਜਾ ਰਿਹਾ ਸੁਖਬੀਰ ਸਿੰਘ ਬਾਦਲ ਵੱਲੋਂ, ਅਕਾਲੀਆਂ ਵੱਲੋਂ। ਔਰ ਅੱਜ ਉਹਨਾਂ ਨੇ ਫਿਰ ਉੱਠ ਕੇ ਇਹ ਇਲਜ਼ਾਮ ਲਾਏ ਕਿ ਸੁਖਪਾਲ ਸਿੰਘ ਖਹਿਰਾ, ਜਸਟਿਸ ਰਣਜੀਤ ਸਿੰਘ, ਉਹਨਾਂ ਦੇ ਆਫਿਸ ਵਿੱਚ ਕੋਈ ਮਿਸਟਰ ਮੈਮੀ, ਕਿਸੇ ਚੰਨਣ ਸਿੰਘ ਸਿੱਧੂ ਦੇ ਮੁੱਲਾਪੁਰ ਸਾਈਡ ਤੇ ਫਾਰਮ ਹਾਊਸ ਦੇ ਉੱਤੇ ਇਹਨਾਂ ਨੇ ਮੀਟਿੰਗਾਂ ਕੀਤੀਆਂ ਨੇ, ਸਾਜਿਸ਼ ਰਚੀ ਆ, ਰਿਪੋਰਟ ਤਿਆਰ ਕੀਤੀ ਆ। ਇਹ ਸਾਰੇ ਜਿਹੜੇ ਇਲਜ਼ਾਮ ਲਾਏ ਨੇ ਸੁਖਬੀਰ ਸਿੰਘ ਬਾਦਲ ਨੇ, ਇਹ 100% ਮਨਘੜਤ ਟੋਟਲ ਝੂਠ ਦਾ ਪੁਲੰਦਾ ਜੋ ਇਹਨਾਂ ਦੀ ਆਦਤ ਬਣ ਚੁੱਕੀ ਹੈ। ਸਿਰਫ ਇਸ ਕਰਕੇ ਕਿਉਂਕਿ ਇਹ ਉਸ ਕਮਿਸ਼ਨ ਦੀ ਰਿਪੋਰਟ ਵਿੱਚ ਇੰਡਾਇਟ ਹੋਣ ਜਾ ਰਹੇ ਨੇ, ਇਹਨਾਂ ਨੂੰ ਸਿੱਖਾਂ ਦਾ ਤੇ ਪੰਥ ਦਾ ਤੇ ਪੰਜਾਬੀਆਂ ਦਾ ਗੁੱਸਾ ਝੱਲਣਾ ਪਵੇਗਾ। ਇਸ ਲਈ ਉਹ ਸਾਰੀ ਗੱਲ ਨੂੰ ਧਿਆਨ ਹਟਾਉਣ ਲਈ ਅੱਜ ਇਹਨਾਂ ਨੇ ਸਦਨ ਵਿੱਚ ਮੈਂ ਔਰ ਸਾਡੀ ਪਾਰਟੀ ਦੇ MLA ਚੁਣੌਤੀ ਦਿੰਦੇ ਹਾਂ। ਇਹ ਵਿਧਾਨ ਸਭਾ ਦੀ ਕਮੇਟੀ ਦੀ ਪ੍ਰਪੋਜ਼ਲ ਆਈ ਆ, ਚੀਫ ਮਿਨਿਸਟਰ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਆ ਕਿ ਜਿਹੜੇ ਇਲਜ਼ਾਮ ਸੁਖਬੀਰ ਸਿੰਘ ਬਾਦਲ ਨੇ ਲਗਾਏ ਨੇ ਇਹਦੀ ਇੱਕ ਵਿਧਾਨ ਸਭਾ ਦੀ ਸਪੈਸ਼ਲ ਕਮੇਟੀ ਬਣਾਈ ਜਾਵੇ, ਉਹ ਸਾਰੀ ਗੱਲ ਦੀ ਇਨਕੁਆਇਰੀ ਕਰੇ, ਔਰ ਇਨਕੁਆਇਰੀ ਕਰਨ ਤੋਂ ਬਾਅਦ ਜਿਹੜਾ ਸੱਚ ਹੈ ਉਹ ਪੰਜਾਬ ਦੀ ਵਿਧਾਨ ਸਭਾ ਅਤੇ ਪੰਜਾਬ ਦੇ ਲੋਕਾਂ ਦੇ ਮੂਹਰੇ ਲੈ ਕੇ ਆਉਣ। ਮੇਰੀ ਚੁਣੌਤੀ ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਅਖੌਤੀ ਅਕਾਲੀਆਂ ਨੂੰ ਆ ਕਿ ਅਗਰ ਉਹ ਵਿਧਾਨ ਸਭਾ ਦੀ ਕਮੇਟੀ ਦੇ ਵਿੱਚ ਇਹ ਸਾਬਤ ਹੋਵੇਗਾ ਕਿ ਸੁਖਪਾਲ ਸਿੰਘ ਖਹਿਰਾ ਨੇ ਕਿਸੇ ਵੀ ਦਿਨ ਚੰਨਣ ਸਿੰਘ ਸਿੱਧੂ ਦੇ ਮੁੱਲਾਪੁਰ ਫਾਰਮ ਦੇ ਉੱਤੇ ਕਿਸੇ ਦਿਨ ਵੀ, ਕਿਸੇ ਪਲ ਵੀ, ਇੱਕ ਮਿੰਟ ਵੀ ਕੋਈ ਮੀਟਿੰਗ ਕੀਤੀ ਹੋਵੇਗੀ, ਸੁਖਪਾਲ ਸਿੰਘ ਖਹਿਰਾ ਭੁਲੱਥ ਹਲਕੇ ਦੀ ਵਿਧਾਨ ਸਭਾ ਦੀ ਸੀਟ ਤੋਂ ਅਸਤੀਫਾ ਦੇਵੇਗਾ। ਕੀ ਸੁਖਬੀਰ ਸਿੰਘ ਬਾਦਲ ਮੇਰੀ ਚੁਣੌਤੀ ਪ੍ਰਵਾਨ ਕਰਦੇ ਨੇ ਅਕਾਲੀ? ਕੀ ਉਹ ਆਪਣੀਆਂ ਸੀਟਾਂ ਤੋਂ ਅਸਤੀਫੇ ਦੇਣਗੇ ਜੇ ਉਹਨਾਂ ਦੇ ਇਲਜ਼ਾਮ ਝੂਠੇ ਸਾਬਤ ਹੋਏ? ਆਫ ਹੈਂਡ ਕੈਪਟਨ ਅਮਰਿੰਦਰ ਸਿੰਘ, ਕਿਉਂਕਿ ਉਹਨਾਂ ਕੋਲ ਇਨਫੋਰਮੇਸ਼ਨ ਜ਼ਿਆਦਾ ਵਾ, ਉਹਨਾਂ ਨੇ ਇਹ ਕਹਿ ਦਿੱਤਾ ਕਿ ਇਹ ਜਿਹੜੇ ਟਾਵਰਸ ਨੇ ਇਹ ਐਗਜ਼ਿਸਟ ਨਹੀਂ ਕਰਦੇ, ਕੋਈ ਫੇਕ ਟੈਲੀਫੋਨ ਕਾਲ ਰਿਕਾਰਡਸ ਸੁਖਬੀਰ ਸਿੰਘ ਬਾਦਲ ਲੋਕਾਂ ਦੀ ਅਦਾਲਤ ਵਿੱਚ ਪੇਸ਼ ਕਰ ਰਹੇ ਨੇ, ਆਪਣੇ ਘਰ ਹੀ ਬਹਿ ਕੇ ਬਣਾ ਲਿਆ ਔਰਬਿਟ ਵਿੱਚ ਜਾਂ ਕਿਸੇ 7-star ਹੋਟਲ 'ਚ ਉਹ ਪੇਸ਼ ਕਰ ਰਹੇ ਨੇ, ਉਸ ਨੂੰ ਮੈਂ ਸਿਰੇ ਤੋਂ ਨਕਾਰਦਾ ਵਾਂ। ਔਰ ਇਹਨਾਂ ਝੂਠਿਆਂ ਨੂੰ ਇਹ ਨਸੀਹਤ ਦਿੰਦਾ ਕਿ ਇੱਦਾਂ ਝੂਠ ਮਤ ਬੋਲੋ, ਤਾਂ ਹੀ ਉਹ ਤੁਹਾਨੂੰ ਕੁੱਟ ਪੈ ਰਹੀ ਆ ਵਿਦੇਸ਼ਾਂ ਦੇ ਵਿੱਚ। ਤੁਸੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਤੇ ਇਨਸਾਫ ਮੰਗਦੇ ਨੇ ਉਹਨਾਂ ਨੂੰ ਤੁਸੀਂ ISI ਏਜੰਟ, ਜਿਹੜੇ 90 ਦਿਨਾਂ ਦੇ ਮੋਰਚੇ ਦੇ ਬੈਠੇ ਨੇ ਉਹਨਾਂ ਨੂੰ ਤੁਸੀਂ ਪਾਕਿਸਤਾਨ ਦੇ ਏਜੰਟ ਕਹਿੰਦੇ ਹੋ, ਜਿਹੜਾ ਕੋਈ ਪੰਜਾਬ ਦੀ ਗੱਲ ਕਰਦਾ ਉਹਨੂੰ ਤੁਸੀਂ ISI ਦੇ ਰੰਗ ਵਿੱਚ ਰੰਗਦੇ ਹੋ, ਉਹਨੂੰ ਤੁਸੀਂ ਪਾਕਿਸਤਾਨ ਦਾ ਏਜੰਟ ਕਹਿੰਦੇ ਹੋ। ਇਸੇ ਲਈ ਵਿਸ਼ਵ 'ਚ ਬੈਠੇ ਪੰਜਾਬੀ ਦੇ ਸਿੱਖਾਂ ਦਾ ਗੁੱਸਾ ਤੁਹਾਡੇ ਉੱਪਰ ਡਿੱਗ ਰਿਹਾ ਵਾ, ਗੁੱਸਾ ਨਿਕਲ ਰਿਹਾ ਵਾ GK। ਹਾਲਾਂਕਿ ਮੈਂ ਕਿਸੇ ਹਿੰਸਾ ਦਾ ਮੁਦਈ ਨਹੀਂ ਗਾ, ਲੇਕਿਨ ਜੋ ਮਨਜੀਤ ਸਿੰਘ GK ਦਾ ਹਸ਼ਰ 2 ਵਾਰ ਅਮਰੀਕਾ ਦੀ ਧਰਤੀ ਤੇ, ਪਹਿਲਾਂ ਨਿਊਯਾਰਕ ਤੇ ਫਿਰ ਯੂਬਾ ਸਿਟੀ ਵਿੱਚ ਹੋਇਆ, ਉਹ ਸੁਖਬੀਰ ਸਿੰਘ ਬਾਦਲ ਤੇਰੇ ਝੂਠਿਆਂ ਗੱਲਾਂ ਦੀ, ਔਰ ਜੋ ਤੁਸੀਂ ਇਲਜ਼ਾਮਬਾਜ਼ੀ ਕਰਦੇ ਹੋ, ਜੋ ਤੁਸੀਂ ਆਪਣੀ ਕੌਮ ਦੇ ਬੰਦਿਆਂ ਨੂੰ, ਆਪਣੀ ਸੂਬੇ ਦੇ ਬੰਦਿਆਂ ਨੂੰ ਬਦਨਾਮ ਕਰਦੇ ਹੋ ਪਾਕਿਸਤਾਨ ਦੇ ਏਜੰਟ ਕਹਿ ਕੇ, ਇਹ ਉਹਦਾ ਨਤੀਜਾ ਵਾ। ਤਿਆਰ ਹੋ ਜਾਓ, ਅਗਰ ਤੁਸੀਂ ਇਸ ਤਰ੍ਹਾਂ ਦੇ ਹੋਰ ਝੂਠ ਬੋਲੋਗੇ ਲੋਕੀ ਤੁਹਾਡੇ ਕੋਲ ਪੰਜਾਬ ਦੇ ਵਿੱਚ ਲੋਕੀ ਤੁਹਾਡੇ ਕੋਲੋਂ ਇਸ ਗੱਲ ਦਾ ਜਵਾਬ ਮੰਗਣਗੇ। ਔਰ ਜਿਹੜੇ ਵੀ ਵਰਗ ਦੇ ਲੋਕ, ਚਾਹੇ ਉਹ ਸਾਡੇ ਵਾਲੇ ਨੇ, ਚਾਹੇ ਸੁਖਬੀਰ ਬਾਦਲ ਆ, ਜਿਹੜੇ ਪੰਜਾਬ ਦੇ ਮੁੱਦਿਆਂ ਦੇ ਅੜਿੱਕਾ ਪਾਉਂਦੇ ਨੇ, ਰੁਕਾਵਟਾਂ ਪਾਉਂਦੇ ਨੇ, ਝੂਠ ਬੋਲਦੇ ਨੇ, ਪੰਜਾਬ ਤੇ ਪੰਜਾਬੀਅਤ ਤੇ ਪੰਜਾਬ ਦੇ ਮੁੱਦਿਆਂ ਦਾ ਵਿਰੋਧ ਕਰਦੇ ਨੇ ਤੇ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਕਿ ਇਹ RSS ਦੇ ਏਜੰਟ ਨੇ, ਕਦੀ ਕੋਈ ISI ਦਾ ਏਜੰਟ ਆ, ਉਹਨਾਂ ਨੂੰ ਵੀ ਮੇਰੀ ਨਸੀਹਤ ਆ, ਮੇਰੀ ਉਹਨਾਂ ਨੂੰ ਰਿਕੁਐਸਟ ਆ ਕਿ ਇੱਦਾਂ ਨਾ ਕਰੋ। ਤੁਹਾਡਾ ਹਸ਼ਰ ਵੀ ਉਹ ਹੋ ਸਕਦਾ ਜੋ ਮਨਜੀਤ ਸਿੰਘ GK ਦਾ ਯੂਬਾ ਸਿਟੀ ਵਿੱਚ ਹੋਇਆ, ਇਹ ਮੈਂ ਕਹਿਣਾ ਹੋਇਆ ਇਹ ਮੈਂ ਕਹਿਣਾ ਸਰ ਕਹਿ ਰਹੇ ਸਰ ਕੱਲ੍ਹ ਜਿਹੜਾ ਸਬੂਤ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇੱਕ ਟਾਵਰ ਲੋਕੇਸ਼ਨ ਉਹਨਾਂ ਵੱਲੋਂ ਤਸਵੀਰ ਦਿੱਤੀ ਹੈ, ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਵੀ ਉਹਨਾਂ ਨਾਲ ਮਿਲਿਆ ਹੋਇਆ ਸੀ, ਹਾਲਾਂਕਿ ਤੁਸੀਂ ਤਾਂ ਪੂਰੀ ਤਰੀਕੇ ਨਾਲ ਡਿਨਾਈ ਕਰ ਰਹੇ ਹੋ ਕਿ ਜਿਹੜੀ ਰਿਪੋਰਟ ਉਹ ਕਹਿ ਰਹੇ ਕਿ ਰਿਪੋਰਟ ਬਣਾਈ ਗਈ ਹੈ ਉਹ ਇਹਨਾਂ ਦੀ ਸਾਰਿਆਂ ਦੀ ਮਿਲੀ ਭੁਗਤ ਨਾਲ ਬਣੀ ਹੈ। ਮੇਰਾ ਇੱਕ ਨਵੇਂ ਪੈਸੇ ਦਾ ਇਸ ਰਿਪੋਰਟ ਦੀ ਬਣਤਰ ਵਿੱਚ, ਕਿਸੇ ਤਰ੍ਹਾਂ ਦਾ ਰਿਪੋਰਟ ਦੀ ਤਿਆਰੀ ਵਿੱਚ ਇੱਕ ਨਵੇਂ ਪੈਸੇ ਦਾ ਰੋਲ ਨਹੀਂ ਗਾ। ਰਹਿ ਗਈ ਗੱਲ ਕਿ ਜਸਟਿਸ ਰਣਜੀਤ ਸਿੰਘ ਮੇਰੇ ਬ੍ਰਦਰ ਲੋ, ਹਾਊ ਕੈਨ ਆਈ ਡਿਨਾਈ ਦੈਟ ਫੈਕਟ ਕਿ ਬਿਕਰਮ ਮਜੀਠੀਆ ਕਹਿ ਦੂਗਾ ਮੇਰਾ ਭਣੋਈਆ ਨਹੀਂ ਗਾ ਸੁਖਬੀਰ ਬਾਦਲ ਜਿਹੜੇ ਕੰਮ ਗਲਤ ਉਹਨਾਂ ਨੇ ਕੀਤੇ ਉਹਦਾ 100% ਡਿਫੈਂਡ ਕਰਦੇ ਨੇ। ਔਰ ਇੱਕ ਹੋਰ ਗੱਲ ਮੈਂ ਭੁੱਲ ਚੱਲਿਆ ਸੀਗਾ, ਜਿਹੜੀ ਕੱਲ੍ਹ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਦੀ ਪ੍ਰੀਸਿੰਕਟਸ ਦੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਫਾੜੀ ਆ, ਉਹਨਾਂ ਨੂੰ ਯਾਦ ਹੋਣਾ ਚਾਹੀਦਾ ਕਿ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਸੈਂਕੜੇ ਵਾਰ ਆਇਆ ਵਾ। ਇਹ ਅਖੌਤੀ ਪੰਥਕ ਆਗੂ ਜਿਹੜੇ ਪੰਥ ਦਾ ਵਾਸਤਾ ਦੇ ਕੇ, ਧਰਮ ਦਾ ਵਾਸਤਾ ਦੇ ਕੇ, SGPC ਦਾ ਦੁਰਉਪਯੋਗ ਕਰਕੇ ਸੱਤਾ ਵਿੱਚ ਆਉਂਦੇ ਨੇ, ਤੇ ਲੋੜ ਪੈਣ ਤੇ ਉਸੇ ਹੀ ਗੁਰੂ ਗ੍ਰੰਥ ਸਾਹਿਬ ਦੇ ਜ਼ਿਕਰ ਵਾਲੀ ਰਿਪੋਰਟ ਨੂੰ ਪੈਰਾਂ ਵਿੱਚ ਰੌਂਦਦੇ ਨੇ।
और जस्टिस रंजीता कमिशन कह के अपमान करते हैं। शर्म आनी चाहिए सुखबीर सिंह बादल वर्गे आगुआं इन्हों का पर्दा चेहरा बेनकाब हो जा रहा वा, इसलिए डरते मारे चोरों वांगू लुकते फिरते हैं, इल्जाम लाते फिरते हैं, झूठे तत्थ पैदा करते फिरते हैं। फिर मेरी चुनौती है कली विधानसभा की कमेटी नहीं, सुखबीर सिंह बादल अपने कोई धार्मिक कमेटी बना के अकाल तख्त ते फैसला लै जाए, जे वह साबित होजू कि असी किसी कमेटी की रिपोर्ट में इंटरफेरेंस की आ, किसी चन्नण सिंह सिद्धू के फार्म हाउस के मुलापुर में जाके मीटिंग की आ, कोई कॉल रिकॉर्ड साबित हो जाए, सुखपाल सिंह खहरा विल रिजाइन फ्रॉम भुला विधानसभा, आई रीइट्रेट विल सुखबीर सिंह बादल ऑल्सो रिजाइन। मैंने तो सारा जवाब दे दिया भाई साहब, आप उनको दे लो। ये जो सुखबीर सिंह बादल ने इल्जाम लगाया मेरे ऊपर सदन के अंदर, वो सरासर बेबुनियाद झूठे, झूठ का पुलंदा जो इनकी आदत है, और जो कैप्टन अमरिंदर सिंह ने इसके मुतल्लक पंजाब विधानसभा की कमेटी का गठन करने का प्रस्ताव रखा है, उसको हम सपोर्ट करते हैं। हम चाहते हैं को जांच करे। अगर सुखपाल सिंह खहरा का जो ये इल्जाम लगा रहे हैं कि चन्नण सिंह सिद्धू के फार्म हाउस के ऊपर मुल्लापुर साइट पर कोई मीटिंग हुई, किसी जून के डेट दे रहे हैं, कोई कॉल रिकॉर्ड का वेरवा दे रहे हैं, अगर ये साबित कर देंगे, सुखपाल सिंह खहरा विल रिजाइन एज MLA पुलाद, बट विल ऑल्सो सुखबीर सिंह बादल रिजाइन इफ ही फेल्स टू प्रोवाइड डॉक्यूमेंट्री एविडेंस सपोर्टेड बाय फैक्ट्स। क्योंकि जो बात उन्होंने टावर लोकेशन की बोली है, चीफ मिनिस्टर साहब ने वहां पर, क्योंकि उनके पास इंफॉर्मेशन ज्यादा होती है, उन्होंने बोला कि ये टावर एग्जिस्ट नहीं करते। इसका मतलब है सुखबीर बादल ने ये सारा रिकॉर्ड फैब्रिकेट किया है, कॉन्कॉक्ट किया है, और इसने एक साजिश के तहत, क्योंकि बरगाड़ी कमीशन की रिपोर्ट में इनका चेहरा पंथ विरोधी, सिख विरोधी, पंजाब विरोधी बेनकाब होने जा रहा है, इनकी मिलीभुगत है, इन्होंने सिख बच्चों को गोलियां मार के मरवाया है, इन्होंने गुरु ग्रंथ साहब की बेअदबी के मुलजमों को 2.5 साल नहीं पकड़ा, इसलिए डरते हुए चोरों की तरह इल्जाम लगा रहे हैं। और मैं सुखबीर बादल को और नसीहत देना चाहता हूं कि जब कोई इंसाफ मांगता है, चाहे वो कोई पंथक ऑर्गेनाइजेशन है, चाहे हम लोग हैं, इसकी एक ही दलील है कि ये ISI के एजेंट हैं, ये पाकिस्तान के एजेंट हैं। सुखबीर अपने साथी का हशर देख लो, मनजीत सिंह जीके का, हालांकि मैं किसी हिंसा का मुद्दई नहीं हूं, लेकिन उसका हशर क्या हुआ, क्यों किया पंजाबियों ने, सिखों ने, क्योंकि आप लोग उनकी भावनाओं से खिलवाड़ करते हैं, आप लोग गुरु ग्रंथ साहब के अपमान करने वालों को शील्ड करते हैं, आप लोग हमारे को, और जो लोग धरने पर बैठे हैं इंसाफ मोर्चे के 90 दिन से गर्मी में, उनको जब आप पाकिस्तान के एजेंट बोलते हो तो पंजाब के विश्व में बैठे पंजाबी आपसे नफरत करते हैं। दिन दूर नहीं है जो जीके का हशर युवा सिटी में हुआ है, वो सुखबीर और इन अखौती अकालियों का हशर पंजाब में होने वाला है। वही जो जिन लोगों ने मनजीत सिंह जीके का विरोध किया, अटैक किया उनके ऊपर, उन लोगों ने अब मोहन भागवत और योगी आदित्यनाथ जो उनके CM है, वो जा रहे हैं अमेरिका में शिकागो में 3 दिन के प्रोग्राम में, 7-8 उन्होंने वहां पर भी एक गुरुद्वारा में वो लगा दी। आई डू नॉट सपोर्ट एनी वायलेंस, आई ओनली लाइक टू से दैट व्हेन यू मेक फन ऑफ योर ओन पीपल, accuse them of being ISI agents, people are fed up with your false, maliciously wrong allegations, तो उन्होंने गुस्सा निकाला। अब कौन कहां जा रहा है इसके साथ मेरा या आप मानते हैं मोहन भागवत और योगी आदित्यनाथ दोनों सिख विरोधी हैं, इसलिए वहां पे बैठे सिख का विरोध कर? कुछ नहीं कहना मैंने, और किसी का वायलेंट मीन्स नहीं इस्तेमाल करने, मैं उसकी भी सपोर्ट नहीं करता जो जीके के साथ हुआ, लेकिन इसके हशर के पीछे सुखबीर का निरंतर पंजाब और पंजाब के इंसाफ मांगने वालों के को ये मजाक करते हैं, ये उसका गुस्सा। लेकिन सर आपने भी कहा कि मनजीत सिंह जीके के साथ जो हुआ वो एक और ऐसा यशस्वी इंकाउंटर चाहिए किन का, अकालियों का होगा ना, क्योंकि वो झूठ बोलते हैं, गुरु ग्रंथ साहब की बेदबी का इंसाफ नहीं दिलवाते, सिख नौजवानों को गोली मार के मरवाते हैं, इनका होगा और किसी का नहीं होगा। ठीक है।